ਮਾਮਲਾ ਜੀ, ਮੈਂ ਅੱਜ ਪ੍ਰੇਅਰ ਟਾਈਮ ਤੋਂ ਬਾਅਦ ਜਦੋਂ ਹਾਊਸ ਦੀ ਐਡਜਸਟਮੈਂਟ, ਟੀਚਰਾਂ ਦੇ ਟਾਈਮ ਟੇਬਲਾਂ ਦੀ ਐਡਜਸਟਮੈਂਟ ਬਾਰੇ ਪੁੱਛਣ ਗਿਆ ਤਾਂ ਜਗਤਾਰ ਸਿੰਘ ਜਿਨ੍ਹਾਂ ਦਾ ਹਾਊਸ ਸੀਗਾ ਦੂਜਾ, ਉਹ ਆਪਣੀ ਕਲਾਸ ਛੱਡ ਕੇ ਮੇਰੇ ਕੋਲ ਆਏ ਵੀ ਕਿਉਂ ਪੁੱਛਿਆ ਜਾ ਰਿਹਾ, ਅਤੇ ਮੇਰੇ ਨਾਲ ਕੱਪੜੇ ਪਾੜੇ ਨੇ, ਮੇਰੇ ਸਵੈਟਰ ਅਤੇ ਜਿਹੜਾ ਬਲੇਜ਼ਰ ਫਟਿਆ ਅਤੇ ਮੇਰੇ ਮੂੰਹ 'ਤੇ ਵੀ ਮਾਰਿਆ ਹੈਗਾ ਅਤੇ ਮੇਰੇ ਢਿੱਡ 'ਚ ਵੀ ਮੁੱਕੇ ਮਾਰੇ, ਅਤੇ ਮਤਲਬ ਅੱਗੇ ਵੀ ਜਦੋਂ ਉਹਨਾਂ ਨੂੰ ਕੋਈ ਕੰਮ ਕਿਹਾ ਜਾਂਦਾ ਉਹ ਉਹਦਾ ਵਿਰੋਧ ਕਰਦੇ ਨੇ, ਜਿੱਥੇ ਕੰਮ ਨੂੰ ਕਿਹਾ ਜਾਂਦਾ ਉਦੋਂ ਉਲਟ ਚੱਲਦੇ ਨੇ। ਉਹਨਾਂ ਦੀ ਕੀ ਡੈਜ਼ਿਗਨੇਸ਼ਨ? ਉਹ ਲੈਕਚਰਰ ਪੰਜਾਬੀ ਨੇ ਜੀ। ਓਕੇ, ਕੋਈ ਹਾਂਜੀ, ਪਹਿਲਾਂ ਵੀ ਤੁਹਾਡੇ 'ਚ ਕੋਈ ਰੰਜਿਸ਼ ਵਗੈਰਾ ਸੀ? ਨਹੀਂ, ਪਰ ਕੋਈ ਰੰਜਿਸ਼ ਨਹੀਂ, ਉਹ ਪਿਛਲੇ ਸਾਲ ਸਾਡੇ ਕੋਲ ਜੁਆਇਨ ਕੀਤਾ ਸੀਗਾ ਅਤੇ ਉਦੋਂ ਵੀ ਉਹਨਾਂ ਨੇ ਮੇਰੇ ਨਾਲ ਮਾੜਾ ਵਿਹਾਰ ਕੀਤਾ ਸੀਗਾ, ਅਤੇ ਪਰ ਉਦੋਂ ਉਹ ਗੱਲ ਖਤਮ ਹੋ ਗਈ ਸੀਗੀ, ਪਰ ਮੁੜ ਕੇ ਜਿਹੜਾ ਹੈਗਾ ਉਹਨੇ ਫੇਰ ਆਪਣਾ ਉਹੀ ਬਿਹੇਵੀਅਰ ਰੱਖਿਆ ਹੋਇਆ ਸੀਗਾ। ਮੈਂ ਉਦੋਂ ਦਾ ਬਰਦਾਸ਼ਤ ਕਰ ਰਿਹਾ ਸੀਗਾ, ਪਰ ਆਹ ਚੀਜ਼ ਬਰਦਾਸ਼ਤ ਤੋਂ ਬਾਹਰ ਹੈ ਜੀ। ਵਿਭਾਗੀ ਨਿਯਮਾਂ ਤਹਿਤ ਮੈਂ ਡੀਓ ਸਾਹਿਬ ਨੂੰ ਸ਼ਿਕਾਇਤ ਭੇਜ ਚੁੱਕਿਆ ਅਤੇ ਜੋ ਵੀ ਬਣਦੀ ਕਾਰਵਾਈ ਆ ਉਹਦੇ 'ਤੇ ਕੀਤੀ ਜਾਣੀ ਚਾਹੀਦੀ ਹੈ। ਕੀ ਉਹ ਪ੍ਰੋਪਰ ਤਰੀਕੇ ਨਾਲ ਸਕੂਲ 'ਚ ਵਰਕ ਕਰਨੀ ਸੀ ਇਹ? ਜਦੋਂ ਕੰਮ ਨੂੰ ਕਿਹਾ ਜਾਂਦਾ ਜੀ, ਅੱਜ ਵੀ ਕੰਮ ਨੂੰ ਇਹ ਕਿਹਾ ਜਾਂਦਾ ਸੀਗਾ, ਇਹ ਉਹਦੇ ਹੀ ਕਰਕੇ ਹਰ ਵਾਰ ਮਤਲਬ ਉਹਨਾਂ ਨੇ ਉਲਟ ਕਹਿਣਾ ਹੈਗਾ ਵੀ ਮੈਨੂੰ ਇਹ ਕੰਮ ਕਿਉਂ ਪੁੱਛਿਆ ਜਾ ਰਿਹਾ। ਤੁਸੀਂ ਆਪਣੇ ਸੀਨੀਅਰ ਅਧਿਕਾਰੀ ਜਾਂ ਸੀਨੀਅਰ ਅਫਸਰਾਂ ਨੂੰ ਉਹਦੇ ਬਾਰੇ ਕੰਪਲੇਂਟ ਪਹਿਲਾਂ ਦਿੱਤੀ? ਪਹਿਲਾਂ ਦਿੱਤੀ ਸੀਗੀ ਹਾਂਜੀ। ਉਹਦੇ ਕੋਈ ਐਕਸ਼ਨ ਲਿੱਤਾ ਨਹੀਂ ਉਹਨਾਂ ਨੇ? ਉਹਦੇ 'ਤੇ ਐਕਸ਼ਨ ਕੋਈ ਨਹੀਂ ਸੀ ਹੋਇਆ, ਕਿਉਂਕਿ ਜੋ ਵੀ ਸੀਗੀ ਗੱਲ ਮਤਲਬ ਸੈਕਟਰੀ ਸਾਹਿਬ ਤੱਕ ਗਈ ਸੀ ਗੱਲ ਇਹ, ਅਤੇ ਉਹ ਗੱਲ ਦਾ ਕੋਈ ਐਕਸ਼ਨ ਨਹੀਂ ਸੀ ਹੋਇਆ। ਤੁਹਾਡੇ ਨਾਲ ਵਾਰਪਟ ਕੀਤੀ, ਉਸ ਤੋਂ ਬਾਅਦ ਤੁਸੀਂ ਆਪਣੇ ਅਫਸਰਾਂ ਨੂੰ ਉਹਦੀ ਹੁਣ ਸ਼ੇਤ ਲਿਖਿਆ ਦਿੱਤੀ? ਹਾਂਜੀ ਹਾਂਜੀ। ਕਿਹਨੇ ਕਿਹਨੇ ਅਫਸਰਾਂ ਨੂੰ ਦਿੱਤੀ? ਮੈਂ ਡੀਓ ਸੈਕੰਡਰੀ ਅਤੇ ਉਸ ਤੋਂ ਬਿਨਾਂ ਪੁਲਿਸ ਕੰਪਲੇਂਟ ਕੀਤੀ ਹੈ ਜੀ। ਇਸ ਤੋਂ ਮੇਲ ਹੁਣ ਮੈਂ ਕਰ ਚੁੱਕਿਆ ਮੇਰੇ ਸਕੂਲ ਵੱਲੋਂ ਆਪਣੇ DPI ਸਾਹਿਬ ਨੂੰ ਅਤੇ ਸੈਕਟਰੀ ਸਾਹਿਬ ਨੂੰ। ਕੀ ਉਹਨਾਂ ਦਾ ਵਤੀਰਾ ਹੋਰ ਵੀ ਟੀਚਰਸ ਨਾਲ ਇੱਦਾਂ ਦਾ ਹੀ ਹੈ ਜਾਂ ਤੁਹਾਡੇ ਨਾਲ ਹੀ ਹੈ ਇਕੱਲਾ ਜੀ? ਨਹੀਂ, ਉਹ ਹੋਰਾਂ ਨਾਲ ਵੀ ਉਹਦਾ ਹੈਗਾ ਜੀ, ਪਰ ਮੇਰੇ ਨਾਲ ਤਾਂ ਕਿਉਂਕਿ ਮੁਖੀ ਨੇ ਤਾਂ ਕੰਮ ਨੂੰ ਕਹਿਣਾ ਹੀ ਹੁੰਦਾ ਜੀ, ਅਤੇ ਇਸ ਕਰਕੇ ਮੇਰੇ ਨਾਲ ਜਦੋਂ ਵਾਹ ਪੈਂਦਾ ਉਹ ਇੱਦਾਂ ਹੀ ਉਲਟਾ ਚੱਲਦੇ ਨੇ। ਬਣਦੀ ਕਾਰਵਾਈ ਕੀਤੀ ਜਾਵੇ ਜੀ। ਉਹ ਇਲਜ਼ਾਮ ਬਿਲਕੁਲ ਬੇਬੁਨਿਆਦ ਨੇ ਜੀ। ਮੇਰਾ ਆਪਣੀ ਕਲਾਸ ਦੇ ਵਿੱਚ +2 B ਦੇ ਵਿੱਚ ਮੇਰਾ ਪੀਰੀਅਡ ਲੱਗਿਆ ਹੋਇਆ ਸੀਗਾ ਅਤੇ ਮੈਨੂੰ ਸਰਦਾਰ ਅਵਤਾਰ ਸਿੰਘ ਬੁਲਾ ਕੇ ਲੈ ਕੇ ਗਏ ਵੀ ਕਹਿੰਦੇ ਪ੍ਰਿੰਸੀਪਲ ਨੇ ਬੁਲਾਇਆ ਲਿਸਨਿੰਗ ਲੈਬ ਦੇ ਵਿੱਚ, ਅਤੇ ਜਦੋਂ ਮੈਂ ਉੱਥੇ ਗਿਆ ਤਾਂ ਉਹਨਾਂ ਨੇ ਮੈਨੂੰ ਇੱਕ ਰਜਿਸਟਰ ਬਾਰੇ ਪੁੱਛਿਆ, ਹਾਊਸ ਰਜਿਸਟਰ ਬਾਰੇ। ਤਾਂ ਮੈਂ ਉਹਨਾਂ ਨੂੰ ਕਿਹਾ ਵੀ ਮੇਰੇ ਕੋਲ ਰਜਿਸਟਰ ਅੱਜ ਨਹੀਂ ਹੈਗਾ, ਕਿਉਂਕਿ ਮੈਡਮ ਦਾ ਸੈਮੀਨਾਰ ਲੱਗਿਆ ਵੀ ਮੈਡਮ ਦੇ ਕੋਲ ਹੈਗਾ ਰਜਿਸਟਰ। ਅਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਵੀ ਆਪਣਾ ਜਿਹੜਾ ਕੰਮ ਹੈਗਾ ਵੀ ਉਹ ਮੈਂ ਪੀੜਾਂ ਦੀ ਐਡਜਸਟਮੈਂਟ ਸਾਰੀ ਕਰ ਦਿੱਤੀ ਆ ਵੀ ਕੰਮ ਆਪਣਾ ਸਮੂਥਲੀ ਚੱਲਦਾ ਹੈਗਾ। ਅਤੇ ਜਦੋਂ ਮੇਰੇ ਬੈਠਣ ਲੱਗਿਆ ਜੀ ਤਾਂ ਉਦੋਂ ਮੇਰੇ 'ਤੇ ਇਹਨਾਂ ਨੇ ਜਾਣ ਦੀ ਵਾਰ ਕਰਤਾ, ਲੱਤਾਂ ਮੇਰੇ ਮਾਰੀਆਂ ਬਹੁਤ ਜ਼ਿਆਦਾ ਜੀ, ਆ ਇੱਧਰ ਪਸਲੀਆਂ 'ਤੇ ਮਾਰੀਆਂ ਅਤੇ ਉਂਗਲ 'ਤੇ ਉੱਪਰਾ ਸੱਟ ਲੱਗੀ ਹੈਗੀ ਆ ਜੀ। ਬਸ ਇੰਨਾ ਹੀ ਹੈਗਾ ਜੀ, ਮੈਂ ਇਹਨਾਂ ਨੂੰ ਕੁਛ ਨਹੀਂ ਕਿਹਾ ਹੈਗਾ ਜੀ। ਅਤੇ ਇਹਨਾਂ ਨੇ ਤੁਸੀਂ ਕਿਸੇ ਸੰਬੰਧਿਤ ਅਧਿਕਾਰੀ ਜਾਂ ਉੱਚ ਅਧਿਕਾਰੀ ਨਾਲ ਇਸ ਸੰਬੰਧੀ ਗੱਲਬਾਤ ਕੀਤੀ? ਨਹੀਂ, ਮੈਂ ਅਜੇ ਕੋਈ ਰਾਬਤਾ ਨਹੀਂ ਕੀਤਾ ਹੈਗਾ ਜੀ, ਕਿਉਂਕਿ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਹੈਗਾ ਵੀ ਇਹ ਕਿਸ ਤਰ੍ਹਾਂ ਹਮਲਾ ਹੋ ਗਿਆ। ਠੀਕ ਹੈ ਜੀ, ਮੈਨੂੰ ਕੋਈ ਪਤਾ ਨਹੀਂ ਲੱਗਿਆ ਹੈਗਾ ਵੀ ਇਹ ਕਿਵੇਂ ਹਮਲਾ ਹੋ ਗਿਆ, ਕੀ ਕਾਰਨ ਕੀ ਹੈਗੇ ਨੇ ਜੀ। ਅਗਰ ਟੀਚਰ ਔਰ ਪ੍ਰਿੰਸੀਪਲ ਦੇ ਵਿੱਚ ਇੱਦਾਂ ਦੇ ਝਗੜੇ ਹੋਣਗੇ ਤਾਂ ਉਸਦਾ ਸਟੂਡੈਂਟ 'ਤੇ ਕੀ ਪ੍ਰਭਾਵ ਹੋਏਗਾ, ਇਹਦੇ ਬਾਰੇ ਕੀ? ਪ੍ਰਭਾਵ ਮਾੜਾ ਪੈਂਦਾ ਜੀ, ਪਰ ਜੇ ਹੁਣ ਇੱਕ ਜਣ ਦੀ ਜੇ ਸੰਸਥਾ ਦੇ ਵਿੱਚ ਕੁਝ ਖਾਮੀਆਂ ਹੈਗੀਆਂ ਨੇ, ਜੇ ਆਪਾਂ ਨੂੰ ਸਹੀ ਕਰਨਾ ਹੈਗਾ, ਠੀਕ ਹੈ ਜੀ, ਤਾਂ ਜੇ ਅਸੀਂ ਉਹ ਸਹੀ ਕਰਦੇ ਹਾਂ ਤਾਂ ਸਾਨੂੰ ਉਸ ਗੱਲੋਂ ਰੋਕਿਆ ਜਾਂਦਾ। ਜਿਹਦੇ ਜੇ ਉਹ ਖਾਮੀਆਂ ਇਸੇ ਤਰ੍ਹਾਂ ਹੀ ਰਹਿੰਦੀਆਂ ਨੇ ਤਾਂ ਬੱਚਿਆਂ ਦਾ ਹੋਰ ਵੀ ਲੌਸ ਹੈਗਾ, ਬੱਚਿਆਂ ਦੀ ਪੜ੍ਹਾਈ ਵੱਲ ਬਿਲਕੁਲ ਧਿਆਨ ਨਹੀਂ ਹੈਗਾ। ਠੀਕ ਹੈ ਜੀ, ਸਕੂਲੋਂ ਮੇਰੀ ਪਹਿਲਾਂ ਵੀ ਸ਼ਿਕਾਇਤ ਕਰ ਚੁੱਕੇ ਨੇ ਜੀ ਇਹ, ਜੋ ਕਿ ਬਿਲਕੁਲ ਬੇਬੁਨਿਆਦ ਨਿਕਲੀ ਹੈ। ਇਹ ਪਿਛਲੇ ਸਾਲ 13/7/2021 ਨੂੰ ਮੇਰੀ ਇਹਨਾਂ ਨੇ ਸ਼ਿਕਾਇਤ ਕੀਤੀ ਸੀਗੀ, ਜਿਹਦੀ ਕਿ ਇਨਕੁਆਇਰੀ ਬੈਠੀ। ਇਨਕੁਆਇਰੀ ਤੋਂ ਬਾਅਦ ਉਹਦਾ ਫੈਸਲਾ ਹੋ ਗਿਆ, ਮੈਂ ਉਸ ਦੇ ਵਿੱਚ ਦੋਸ਼ ਮੁਕਤ ਪਾਇਆ ਗਿਆ, ਦੋਸ਼ ਮੇਰੇ 'ਤੇ ਉੱਪਰ ਕੋਈ ਵੀ ਬਲੇਮ ਨਹੀਂ ਸੀਗਾ। ਅਤੇ ਉਹਦੀ ਕਿੱਟ ਦੇ ਵਿੱਚ ਮੈਨੂੰ ਇਹਨਾਂ ਨੇ ਜਾਣਦੀ ਅੱਜ ਇਹ ਮੇਰੇ 'ਤੇ ਵਾਰ ਕੀਤਾ ਹੈਗਾ। ਇਹ ਕਹਿੰਦੇ ਨੇ ਵੀ ਤੂੰ ਇੱਥੋਂ ਭੱਜ ਜਾ, ਜਿਵੇਂ ਮਰਜ਼ੀ ਕਰ, ਵੀ ਆਪਣੀ ਬਦਲੀ ਟ੍ਰਾਂਸਫਰ ਕਰਾ ਜਾ ਆਪਣੀ। ਉਹਦਾ ਕਾਰਨ ਜੀ? ਉਹਦਾ ਕਾਰਨ ਇਹੀ ਹੈ ਜੀ, ਕਿਉਂਕਿ ਸਕੂਲੋਂ ਭੱਜਦੇ ਨੇ ਜੀ। ਇੱਥੇ ਬਹੁਤ ਸਮੇਂ ਤੋਂ ਸਾਰੇ ਅਧਿਆਪਕ ਇੱਕ ਦੂਜੇ ਦੀ ਅਟੈਂਡੈਂਸ ਲਾ ਕੇ ਨਿਕਲਦੇ ਨੇ ਜੀ। ਸਵੇਰੇ ਮੰਨ ਲਓ ਸਵੇਰੇ ਆ ਗਏ, ਲੇਟ ਆਉਣਾ, ਆ ਗਏ, ਚਲੇ ਜਾਣਾ, ਮੁੜ ਕੇ ਉਸ ਤੋਂ ਬਾਅਦ ਦੂਸਰੇ ਦਿਨ ਆਉਣਾ, ਇੱਕ ਦੂਜੇ ਨੇ ਅਟੈਂਡੈਂਸ ਲਾਉਣੀ। ਇੱਥੇ ਪਹਿਲਾਂ ਵੀ ਇੱਕ ਦੋ ਇਨਕੁਆਇਰੀਆਂ ਹੋ ਚੁੱਕੀਆਂ ਨੇ, ਪਰ ਉਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈਗੀ। ਇਹੀ ਕਿੱਟ ਦੇ ਵਿੱਚ ਮੈਨੂੰ ਜਾਣਦੀ, ਕਿਉਂਕਿ ਮੈਂ ਬੱਚਿਆਂ ਦੀ ਬਿਹਤਰੀ ਵਾਸਤੇ ਕੰਮ ਕਰਦਾ ਜੀ। ਜੇ ਹੁਣ ਸਕੂਲ ਦੇ ਵਿੱਚ ਕੋਈ ਅਧਿਆਪਕ ਨਹੀਂ ਰਹੂਗਾ
ਤਾਂ ਫਿਰ ਉਹਦਾ ਜਿਹੜਾ ਵਜਨ ਹੈਗਾ ਬਾਕੀ ਅਧਿਆਪਕਾਂ ਦੇ ਪੈਂਦਾ। ਮੈਂ ਤਾਂ ਇਹ ਕਹੂੰਗਾ ਵੀ ਇਹਨਾਂ ਨੇ ਇਹ ਬਹੁਤ ਮਾੜੀ ਘਟਨਾ ਵਾਪਰੀ ਸਾਡੇ ਸਕੂਲ ਦੇ ਵਿੱਚ, ਕਿਉਂਕਿ ਸਾਡੇ ਜਿਹੜੇ ਬੱਚੇ ਨੇ ਉਹਨਾਂ ਦਾ ਭਵਿੱਖ ਵੀ ਖਤਰੇ ਵਿੱਚ ਪੈਂਦਾ ਹੈ। ਬੱਚੇ ਕੀ ਸਿੱਖਣਗੇ? ਇਹ ਗੱਲ ਇਹ ਆ ਵੀ ਉਹ ਪ੍ਰਿੰਸੀਪਲ ਸਾਹਿਬ ਹੈਗੇ ਨੇ ਵੀ ਉਹਨਾਂ ਨੇ ਤਾਂ ਸਕੂਲ 'ਚ ਰਾਊਂਡ ਵੀ ਮਾਰਨਾ ਸਾਰਾ ਕਰਨਾ, ਅਤੇ ਬਾਕੀ ਜਿਹੜਾ ਕੋਈ ਸੰਬੰਧਿਤ ਟੀਚਰ ਆ ਅਤੇ ਉਹਨੂੰ ਕਹਾ ਮੰਨ ਲੈਣਾ ਚਾਹੀਦਾ। ਇਹਨਾਂ ਦੇ ਲੜਾਈ ਹੋਈ ਸੀ ਆਪਸ 'ਚ, ਇਹਨਾਂ ਦੇ ਟੀਚਰਸ ਦੀ, ਦੋਨਾਂ ਦੇ ਪਰਚੇ ਕਰੇ ਜਾ ਚੁੱਕੇ ਨੇ, ਬਾਕੀ ਅੱਗੇ ਪੁਲਿਸ ਦੀ ਕਾਰਵਾਈ ਜੋ ਹੋਣੀ ਆ ਉਹ ਹੋ ਜਾਏਗੀ। ਹਾਂਜੀ ਬਿਲਕੁਲ ਜੀ, ਐਮਐਲਆਰ ਕੱਟ ਦਿੱਤੀ ਗਈ ਹੈ। ਜ਼ਿਆਦਾ ਕੋਈ ਹੈ ਨਹੀਂ ਸੀਰੀਅਸ, ਨੋਰਮਲ ਸਕਤਾ ਹੀ ਹੈ। ਇਹਨਾਂ ਦੀ ਆਪਸੀ ਕੋਈ ਰੰਜਿਸ਼ ਹੋਣੀ ਹੈ ਜਿਹਦੇ ਕਰਕੇ ਇਹ ਸਭ ਹੋਇਆ। ਹਾਂਜੀ, ਸਾਨੂੰ 112 ਤੋਂ ਕੰਪਲੇਂਟ ਮਿਲੀ ਸੀ। ਪ੍ਰਦੀਪ ਸਿੰਘ ਨੇਗੇ ਆਪਣੇ ਪ੍ਰਿੰਸੀਪਲ ਅਤੇ ਜਗਤਾਰ ਸਿੰਘ ਪੰਜਾਬੀ ਲੈਕਚਰਾਰ ਨੇ, ਇਹਨਾਂ ਦਾ ਉੱਥੇ ਸਕੂਲ ਦੇ ਵਿੱਚ ਕੋਈ ਝਗੜਾ ਹੋਇਆ, ਕਿਸੇ ਕੋਈ ਰਜਿਸਟਰ ਵਗੈਰਾ ਮੰਗਵਾਇਆ ਸੀਗਾ ਪ੍ਰਿੰਸੀਪਲ ਨੇ, ਅਤੇ ਇਹਦੇ ਪਿੱਛੇ ਇਹਨਾਂ ਦਾ ਝਗੜਾ ਹੋ ਗਿਆ। ਉਹ ਤੋਂ ਬਾਅਦ ਜਿਹੜਾ ਪ੍ਰਿੰਸੀਪਲ ਆ ਪ੍ਰਦੀਪ ਸਿੰਘ, ਇਹ ਸਰਕਾਰੀ ਹਸਪਤਾਲ ਦਾਖਲ ਹੈਗਾ, ਅਤੇ ਅਸੀਂ ਉਹਦੇ ਬਿਆਨ ਲਿਖ ਕੇ ਅੱਗੇ ਕਾਰਵਾਈ ਕਰਾਂਗੇ।